मतलब की तुम लगता की आसिम सिद्धार्थ ही टक्कर है बस और कोई सारे पिछे है आसिम इज गुड बट जो सिद्धार्थ है वो सिद्धार्थ है सत श्रीकाल जी तुसी देख रहे हो द टीवी NRI एक शो चलता है टीवी ते बिग बॉस मतलब कि बिग बॉस शो का मतलब है TRP दे विच नंबर वन ये शो जो भी साल दे विच एक बार आता है सारे शोज़ नू पिछे छाड़ देता है बिग बॉस 13 इस बार भी शुरू होया सितंबर महीने दे विच अते बिग बॉस का अज ग्रैंड फिनाले है बिग बॉस का क्रेज़ बहुत ज़्यादा है कि जिहड़े नौजवान ने कि जिहड़े बुजुर्ग ने सारे बिग बॉस देखते हैं सो बिग बॉस दे विच जे गल की जाए तो टॉप 4 रह गए ने टॉप 4 दे जे विच नाम गिणिया जाए तो सिद्धार्थ शुक्ला आसिम रियाज रश्मि देसाई और शहनाज कौर गिल जो कि पंजाब की कैटरीना है ये रह गए ने टॉप 4 दे विच अते कितने कितने कहा जा रहा है कि जो पारस छाबड़ा ने वह 10 लाख रुपए लैके शो दे विचों निकल जाएंगे सो यूथ तो पूछते हाँ कि उन्होंने की लगता है कि आज दे शो का विनर कौन होएगा कौन ट्रॉफी लैके जाएगा पंजाब की कैटरीना बाजी मारेगी आसिम बाजी मारेगा ज सिद्धार्थ शुक्ला बाजी मारेगा सो आओ गल करते हैं नौजवानों के नाल सो कुछ प्यारे प्यारे बच्चे मेरे नाल मौजूद ने बिग बॉस देख दियो सारे जने फेवरेट कौन है आसिम सारे दा हां जी मतलब कि किसी दा भी अलग नहीं है कोई नहीं मेरे दो हैगे कासिम एक रश्मि रश्मि अच्छा अच्छा रश्मि च की वधिया लगता है रश्मि जो ओदी एक्टिंग बहुत वधिया है ओ बिग बॉस दे विच एक्टिंग कर रही है कि रियलिटी कर रही है ओ रियलिटी कर रही है रियल है ओ हां जी अच्छा ते ओ तुहानू तो एक्टिंग पसंद है सानू दोनों पसंद है अच्छा मैनू दसो अज बिग बॉस दा ग्रैंड फिनाले है ना किन्नी की एक्साइटमेंट है 9 बजे दी वेट कर रहे हो हां जी हां जी नहीं कि तुसी सारे ने मैनू दसो पहला कि सिर्फ फेवरेट है कि तुसी वोट भी कीता ओनू वोट भी कीती है वोट दो असली दो आईडिया दो ਕਾਇਲੀ ਤੋਂ ਕੀਤੀ ਸੀ ਆਸੀਮ ਨੂੰ ਅੱਛਾ ਆਸੀਮ ਨੂੰ ਵੋਟ ਕੀਤੀ ਹੈ ਤੇ ਮੈਨੂੰ ਦੱਸੋ ਕਿ ਆਸੀਮ ਤੁਹਾਡੇ ਸਾਰਿਆਂ ਦਾ ਫੇਵਰਿਟ ਹੈ ਨਾ ਕੀ ਤੁਹਾਨੂੰ ਉੱਚ ਪਸੰਦ ਕੀ ਹੈ ਦੋਲਾ ਲੜਾਈ ਦੋਲਾ ਐਟੀਟਿਊਡ ਐਟੀਟਿਊਡ ਦਾ ਐਟੀਟਿਊਡ ਹਾਂਜੀ ਐਟੀਟਿਊਡ ਵਾਈਸੈਪ ਤੇ ਉਹਨੂੰ ਸਾਰੇ ਜਾਣੇ ਕਹਿੰਦੇ ਕਿ ਉਹ ਪੋਕ ਕਰਦਾ ਹੈ ਪੋਕ ਕਰਦਾ ਪੋਕ ਕਰਦਾ ਉਹ ਨਹੀਂ ਉਹਨੇ ਸੀਨ ਕਰ ਦਿੰਦੇ ਨੇ ਨਹੀਂ ਕਰਦਾ ਉਹਨੇ ਸੀਨ ਕਰ ਦਿੰਦੇ ਆ ਵਿਚਾਰੇ ਤੇ ਉਂਗਲੀਆਂ ਇਕੱਠੀਆਂ ਕਰਦੇ ਸੋ ਚਲੋ ਠੀਕ ਹੈ ਆਸੀਮ ਨੂੰ ਹੁਣ ਕੀ ਕਹਿਣਾ ਚਾਹੋਗੇ ਸਾਰੇ ਜਣੇ ਆਲ ਦਾ ਬੈਸਟ ਆਸੀਮ ਇਸ ਤੋਂ ਪਲੈਕ ਆਲ ਦਾ ਬੈਸਟ ਤੂੰ ਜਿੱਤੇਗਾ ਦੇਖ ਲਓ ਕਿ ਸਾਰਿਆਂ ਦਾ ਆਸੀਮ ਫੇਵਰੇਟ ਹੈ ਹੋਰ ਵੀ ਸਾਰੇ ਜਣੇ ਨਾਲ ਗੱਲਬਾਤ ਕਰਦੇ ਆ ਕਿ ਸਿਧਾਰਥ ਸ਼ੁਕਲਾ ਦਾ ਵੀ ਬਹੁਤ ਰੋਲ ਹੈ ਤੇ ਤੁਹਾਨੂੰ ਲੱਗਦਾ ਸਿਧਾਰਥ ਸ਼ੁਕਲਾ ਨੂੰ ਹਰਾ ਦੇਗਾ ਆਸੀਮ ਲੈ ਤੂੰ ਬੈਠੇ ਰਹਿ ਤੂੰ ਸਿਧਾਰਥ ਸ਼ੁਕਲਾ ਅਰੁਸ਼ੀ ਰਾਜਪੂਤ ਯਸ਼ਿਕਾ ਅੱਛਾ ਤੇ ਬਿਗ ਬੌਸ ਦੇਖਦੇ ਹੋ ਹਾਂਜੀ ਅੱਛਾ ਫੇਵਰੇਟ ਕੌਣ ਹੈ ਮੇਰਾ ਫੇਵਰੇਟ ਹੈ ਸਿਧਨਾਜ਼ ਸਿਧਨਾਜ਼ ਮਤਲਬ ਕਿ ਸਿਧਾਰਥ ਉਹਨਾਂ ਦਾ ਰਿਲੇਸ਼ਨ ਜੋ ਉਹਨਾਂ ਨੇ ਉਹਦੇ ਤੇ ਦਿਖਾਇਆ ਗਿਆ ਹੈ ਉਹ ਸਭ ਤੋਂ ਹਾਈਲਾਈਟ ਬਣਿਆ ਬਿਗ ਬੌਸ ਦਾ ਜੀ ਹਾਂਜੀ ਤੇ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਤੇ ਅੱਜ ਗ੍ਰੈਂਡ ਫਿਨਾਲੇ ਆ ਕਿਸ ਦੇ ਹੱਥ ਚੋਂ ਟਰੋਫੀ ਦੇਖਣਾ ਚਾਹੁੰਦੇ ਹੋ ਸਿਧਾਰਥ ਸਿਧਾਰਥ ਯਸ ਦੋਨੋਂ ਮੇਂ ਸੇ ਸਿਧਾਰਥ ਜਾਂ ਆਸੀਮ ਹਾਂ ਤੇ ਮਤਲਬ ਕਿ ਸ਼ਹਿਨਾਜ਼ ਹੈ ਜੋ ਪੰਜਾਬ ਦੀ ਕੈਟਰੀਨਾ ਹੈ ਉਹਨੂੰ ਨਹੀਂ ਜਿਤਾਣਾ ਚਾਹੁੰਦੇ ਅਗਰ ਸਿੱਧ ਜੀਤਾ ਤਾਂ ਵੀ ਸ਼ਹਿਨਾਜ਼ ਜੀ ਜਿੱਤੇਗੇ ਸ਼ਹਿਨਾਜ਼ ਜੀ ਦੀ ਤਾਂ ਵੀ ਸਿੱਧ ਜੀਤ ਰਹਾ ਆਪ ਹੀ ਗਿਆ ਸੀ ਕਿ ਜੇ ਸਿਧਾਰਥ ਦੀ ਵੀ ਟਰੋਫੀ ਆ ਜਾਏ ਤਾਂ ਉਹ ਵੀ ਵਧੀਆ ਉਸ ਵਾਸਤੇ ਮਤਲਬ ਕਿ ਤੁਸੀਂ ਤਿੰਨੋਂ ਜਾਣੇ ਸਿਧਾਰਥ ਵਾਲੇ ਹੋ ਮਤਲਬ ਕਿ ਤੁਹਾਨੂੰ ਲੱਗਦਾ ਕਿ ਆਸੀਮ ਤੇ ਸਿਧਾਰਥ ਦਾ ਹੀ ਹੁਣ ਟੱਕਰ ਹੈ ਬਸ ਹੋਰ ਕੋਈ ਸਾਰੇ ਪਿੱਛੇ ਆ ਆਸੀਮ ਇਜ਼ ਗੁੱਡ ਬਟ ਜੋ ਸਿਧਾਰਥ ਹੈ ਉਹ ਸਿਧਾਰਥ ਦੀ ਆ ਨਾਲ ਖੇਲਦਾ ਹਾਂਜੀ ਕੀ ਨਾਮ ਹੈ ਤੁਹਾਡਾ ਸ਼ਵੇਤਾ ਸਨ ਮੇਰਾ ਸੈਮ ਅਗਮ ਸ਼ਰਮਾ ਓਕੇ ਬਿਗ ਬੌਸ ਦੇਖਦੇ ਹੋ ਰੋਈ ਮਤਲਬ ਕਿ ਪੰਜਾਬ 'ਚ ਪੂਰਾ ਕ੍ਰੇਜ਼ ਹੈ ਨਾ ਬਿਗ ਬੌਸ ਦਾ ਹਾਂਜੀ ਹਾਂਜੀ ਫੇਵਰੇਟ ਕੌਣ ਹੈ ਸ਼ਹਿਨਾਜ਼ ਗਿੱਲ ਮੇਰਾ ਸਿਧਾਰਥ ਸ਼ੁਕਲਾ ਆਸਿਮ ਮਤਲਬ ਕਿ ਜੋ ਤਿੰਨ ਦੀ ਟਿਕੜੀ ਆ ਉਹ ਇੱਥੇ ਮੌਜੂਦ ਆ ਮਤਲਬ ਕਿ ਇਹ ਤਿੰਨੋਂ ਟੌਪ 3 ਆ ਹਨਾ ਤੇ ਪਹਿਲੇ ਨੰਬਰ 'ਚ ਤੁਹਾਨੂੰ ਕੀ ਲੱਗਦਾ ਕੌਣ ਆਏਗਾ ਆਸਿਮ ਆਸਿਮ ਆਏਗਾ ਤੁਹਾਡੇ ਲਈ ਸਿਧਾਰਥ ਸ਼ੁਕਲਾ ਔਰ ਸਨਾਸ ਪਲੀਜ਼ ਮੇਰੇ ਹਿਸਾਬ ਨਾਲ ਵੀ ਸਿਧਾਰਥ ਸ਼ੁਕਲਾ ਹੀ ਜਿੱਤੂਗਾ ਸ਼ੋ ਹਾਂਜੀ ਸ਼ੁਕਲਾ ਹੀ ਜਿੱਤੇਗਾ ਤੇ ਤੁਹਾਨੂੰ ਲੱਗਦਾ ਹੈ ਕਿ ਆਸੀਮ ਤੇ ਸਿਧਾਰਥ ਸ਼ੁਕਲਾ ਦਾ ਹੀ ਮੇਨ ਟੱਕਰ ਹੈ ਸ਼ੋ ਦੇ ਵਿੱਚ ਹਾਂਜੀ ਹਾਂਜੀ ਕਿਉਂਕਿ ਸ਼ੁਰੂ ਤੋਂ ਹੀ ਉਹਨਾਂ ਦੀ ਟੱਕਰ ਚੱਲਦੀ ਰਹੀ ਆ ਤੇ ਹੁਣ ਵੀ ਚੱਲਦੀ ਆ ਰਹੀ ਆ ਇੱਕ ਦੋਨਾਂ ਦੇ ਵਿੱਚ ਬੈਟਲ ਆ ਦੋਨਾਂ ਦੀ ਰੇਸ ਆ ਹੁਣ ਮੇਰੇ ਹਿਸਾਬ ਨਾਲ ਤਾਂ ਸਿਧਾਰਥ ਸ਼ੁਕਲਾ ਹੀ ਜਿੱਤੂਗਾ ਇਹ ਰੇਸ ਹੁਣ ਜਿੱਦਾਂ ਹੁਣ ਅੱਜ ਗ੍ਰੈਂਡ ਫਿਨਾਲੇ ਐਕਸਾਈਟਿਡ ਹੋ ਸ਼ੋ ਨੂੰ ਲੈ ਕੇ ਅੱਜ 9 ਵਜੇ ਤੱਕ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਜੋ ਬਿਗ ਬੌਸ ਹੈ ਬਹੁਤ ਸਾਰਿਆਂ ਨੇ ਮੈਂ ਗੱਲ ਕੀਤੀ ਉਹ ਕਹਿ ਰਹੇ ਕਿ ਸਿਧਾਰਥ ਸ਼ੁਕਲਾ ਨੂੰ ਜਾਣ ਕੇ ਬਿਗ ਬੌਸ ਸ਼ੋ ਜਿਤਾ ਰਹੇ ਆ ਕਿਉਂਕਿ ਜਿੱਤਣ ਦੇ ਲਾਇਕ ਆਸੀਮ ਹੈ ਕੁਝ ਅਜਿਹਾ ਹੈਗਾ ਨਹੀਂ ਨਹੀਂ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕਿਉਂਕਿ ਸਿਧਾਰਥ ਸ਼ੁਕਲੇ ਦੀ ਸ਼ੁਰੂ ਤੋਂ ਹੀ ਜਿਹੜੀ ਗੇਮ ਆ ਉਹ ਮਤਲਬ ਕਿ ਉਹਦੀ ਜਿਹੜੀ ਸਟ੍ਰੈਟਜੀ ਆ ਸਭ ਨੂੰ ਲੈ ਕੇ ਬਹੁਤ ਵਧੀਆ ਵਾ
ਤੇ ਮਤਲਬ ਕਿ ਬਾਕੀ ਸਭ ਲੋਕ ਇਹੀ ਸੋਚਦੇ ਆ ਵੀ ਉਹਦੇ ਨਾਲ ਜਿਹੜੀ ਪ੍ਰਾਇੋਰਟੀ ਹੋ ਰਹੀ ਆ ਬਟ ਇੱਦਾਂ ਕੁਝ ਵੀ ਨਹੀਂ ਹੈਗਾ ਉਹਦੀ ਗੇਮ ਬਹੁਤ ਵਧੀਆ ਆਕਾਸ਼ ਸ਼ੁਕਲਾ ਦੇ ਫੈਨ ਤੋਂ ਪੁੱਛ ਲਿਆ ਆਸਿਮ ਦੇ ਫੈਨ ਤੋਂ ਪੁੱਛ ਲਿਆ ਹਾਂ ਲੱਗਦਾ ਤੁਹਾਨੂੰ ਸਹੀ ਕਹਿ ਰਹੇ ਸਹੀ ਕਹਿ ਤਾਂ ਸਹੀ ਰਹੇ ਬਟ ਆਸਿਮ ਇੰਡੀਵਿਜੁਅਲ ਖੇਡ ਰਿਹਾ ਦੇਖਿਆ ਜਾਏ ਤਾਂ ਹੁਣ ਜਿੱਦਾਂ ਮੈਂ ਕਿੱਦਾਂ ਦੱਸਾਂ ਸੋ ਇਹ ਨੇ ਆਸਿਮ ਸਿਧਾਰਥ ਅਤੇ ਸ਼ਹਿਨਾਜ਼ ਦੇ ਫੈਨ ਸੋ ਜਿੱਥੇ ਨੇ ਦੇਖਿਆ ਜਾਵੇ ਤਾਂ ਇਹ ਜੋ ਟ੍ਰਿਕ ਤਿਗੜੀ ਹੈ ਇਹ ਬਾਜੀ ਮਾਰ ਸਕਦੀ ਆ ਸੋ ਤਾਂ ਰਾਤ ਨੂੰ ਹੀ ਪਤਾ ਲੱਗੇਗਾ ਕਿ ਗ੍ਰੈਂਡ ਫਿਨਾਲੇ ਦੇ ਵਿੱਚ ਕੌਣ ਜਿੱਤਦਾ ਹੈ ਸੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰੂ ਸਾਨੀ ਮੇਰਾ ਨਾਮ ਇਸ਼ੂ ਛਾਬੜਾ ਅੱਛਾ ਤੁਸੀਂ ਦੋਨੇ ਜਾਣੇ ਬਿਗ ਬੌਸ ਦੇਖਦੇ ਹੋ ਫੇਵਰਿਟ ਸ਼ੋਅ ਸਾਡਾ ਹਾਂਜੀ ਫੇਵਰਿਟ ਕੌਣ ਲੱਗਦਾ ਹੈ ਤੁਹਾਨੂੰ ਕੌਣ ਜਿੱਤੇਗਾ ਆਸਿਮ ਆਸਿਮ ਜਿੱਤੇਗਾ ਤੁਹਾਡਾ ਸਾਡਾ ਮੈਨੂੰ ਲੱਗਦਾ ਵਸ ਦਾ ਤੇ ਅਸੀਂ ਦੋਨੋਂ ਵਿੱਚੋਂ ਪੂਰੇ ਦੋਨੋਂ ਇੱਕ ਦੂਜੇ ਦੇ ਕੰਪੀਟੀਟਰ ਹੈਗੇ ਫੇਵਰਿਟ ਦੱਸੋ ਉਹ ਤਾਂ ਜੋ ਵੀ ਫੇਵਰਿਟ ਹੁਣ ਮੈਂ ਸਿਧਾਰਥ ਸਿਧਾਰਥ ਫੇਵਰਿਟ ਹੈ ਅੱਛਾ ਅਸੀਮ ਦਾ ਫੈਨ ਸਿਧਾਰਥ ਦਾ ਫੈਨ ਇਹ ਤਾਂ ਮਤਲਬ ਉਹ ਆਪਸ 'ਚ ਇੰਨੇ ਜ਼ਿਆਦਾ ਕੱਟੜ ਆ ਦੋਨੋਂ ਤੇ ਤੁਸੀਂ ਆਪਸ 'ਚ ਤਾਂ ਨਹੀਂ ਲੜਦੇ ਨਾ ਨਾ ਆਪਾਂ ਤਾਂ ਭਰਾ ਹਾਂ ਥੋੜੀ ਬੋਤੀ ਤਾਂ ਹੋਈ ਜਾਂਦੀ ਹੈ ਜਿੱਦਾਂ ਹੋਣਾ ਚਾਹੀਦਾ ਅਸੀਮ ਦਾ ਕੀ ਪਸੰਦ ਆਉਂਦਾ ਤੁਹਾਨੂੰ ਜਿਮ ਨਹੀਂ ਉਹ ਲੜਦਾ ਬਹੁਤ ਹੈ ਨਹੀਂ ਨਹੀਂ ਉਹ ਤੇ ਆਪਣੇ ਲੜਦਾ ਹੀ ਆ ਉਹਨਾਂ ਦਾ ਚੱਲਦਾ ਹੀ ਆ ਤੇ ਸਿਧਾਰਥ ਤਾਂ ਨਹੀਂ ਲੜਦਾ ਸਾਰੇ ਮੁੱਦੇ ਲੱਭਦੇ ਬਿਗ ਬੋਸ ਆਈ ਇਸ ਘਰ ਦਾ ਬਸ ਆਈ ਆ ਸਿਧਾਰਥ ਹਰ ਕੋਈ ਲੜਦਾ ਵਾ ਹਰ ਕੋਈ ਮੁੱਦੇ ਲੱਭਦਾ ਵਾ ਬਸ ਤਾਂ ਤੁਸੀਂ ਆਹੀ ਸੀਜ਼ਨ ਦੇਖਿਆ ਕਿ ਪਹਿਲਾਂ ਵੀ ਦੇਖਿਆ ਮੈਂ ਪਹਿਲੀ ਵਾਰ ਵੇਖਿਆ ਇੱਕ ਗੋਤਮ ਗਲਾਟੀ ਵਾਲਾ ਦੇਖਿਆ ਸੀ ਉਹ ਮੇਰਾ ਫੇਵਰਿਟ ਸੀ ਉਹੀ ਜਿੱਤਿਆ ਸੀ ਹਾਂ ਤੇ ਹੁਣ ਇਸ ਵਾਰ ਤੁਹਾਨੂੰ ਕੀ ਵਧੀਆ ਲੱਗਾ ਕਿ ਬਿਗ ਬੋਸ ਦੇਖਣਾ ਸ਼ੁਰੂ ਕਰ ਦਿੱਤਾ ਬਹੁਤ ਰੋਲਾ ਸੀ ਸੋਸ਼ਲ ਮੀਡੀਆ ਉਦਾਂ ਹੀ ਮੇਰਾ ਮਨ ਕੀਤਾ ਕਿ ਚਲੋ ਬਿਗ ਬੋਸ ਵੇਖਦੇ ਪਰ ਇਸ ਵਾਰ ਮਤਲਬ ਦੋ ਤਿੰਨ ਕੰਟੈਸਟੈਂਟ ਵੀ ਪੰਜਾਬ ਦੇ ਗਏ ਨਹੀਂ ਕਹਿੰਦੇ ਕਿ ਜਿਹੜੇ ਬਿਗ ਬੋਸ ਦੇਖਦੇ ਨਾ ਐਵੇਂ ਮਤਲਬ ਦੇਖਿਆ ਤੁਸੀਂ ਮੀਮ ਵੀ ਬਣਦੇ ਹਨ ਕਈ ਸਾਡੇ ਜਿੱਦਾਂ ਮੇਰੀ ਫੈਮਿਲੀ ਵੀ ਦੇਖਦੀ ਹੈ ਉਹਨਾਂ ਨੂੰ ਪਸੰਦ ਆਇਆ ਵਾ ਬਸ ਮੈਂ ਹੀ ਥੋੜ੍ਹਾ ਬਹੁਤਾ ਸੋ ਤੁਸੀਂ 10:30 ਵਜੇ ਬਿਗ ਬੋਸ ਹੀ ਲੱਗਾ ਹੁੰਦਾ ਵਾ ਅਸੀਮ ਨੂੰ ਕੀ ਕਹਿਣਾ ਚਾਹੋ ਕੀ ਕਹਿਣਾ ਉਹ ਤੇ ਜਿੱਤ ਕੀ ਆਊਗਾ ਆਲ ਦੀ ਬੈਸਟ ਉਹਨੇ ਤੇ ਜਿੱਤਣਾ ਹੀ ਆ ਮੈਂ ਸਿਧਾਰਥ ਨੂੰ ਆਲ ਦੀ ਬੈਸਟ ਜਿੱਤੇਗਾ ਜਿੱਤੇਗਾ ਅਸੀਮ ਨੇ ਜਿੱਤਣਾ ਬਣਾਉਂਦਾ ਆ ਅਸੀਮ ਨੇ ਜਿੱਤਣਾ ਸਿਧਾਰਥ ਜਿੱਤਣਾ ਵਾ ਜਿੱਤਣਾ ਹੀ ਅਸੀਮ ਨੇ ਜੋ ਮਰਜ਼ੀ ਸਿਧਾਰਥ ਜਿੱਤਣਾ ਵਾ ਚੱਲ ਠੀਕ ਹੈ ਭਾਪ ਦੇਖ ਲੈਂਦੇ ਆ ਸੋ ਇਹ ਤਾਂ ਜਲੰਧਰ ਦੇ ਵਿੱਚ ਜਿਹੜੇ ਫੈਨਸ ਨੇ ਬਿਗ ਬੋਸ ਦੇ ਉਹਨਾਂ ਦਾ ਕਹਿਣਾ ਹੈ ਕਿ ਬਾਈ ਸਿਧਾਰਥ ਆਸਿਮ ਅਤੇ ਸ਼ਹਿਨਾਜ਼ ਤਿੰਨਾਂ ਦੇ ਵਿੱਚੋਂ ਕੋਈ ਇੱਕ ਜਿੱਤੇਗਾ ਉਹ ਤਾਂ ਸਾਨੂੰ ਵੀ ਪਤਾ ਹੈ ਪਰ ਅਸੀਂ ਵੇਟ ਕਰ ਰਹੇ ਹਾਂ ਗ੍ਰੈਂਡ ਫਿਨਾਲੇ ਦੀ ਕਿ ਬਾਈ ਬਾਜੀ ਕੌਣ ਮਾਰੇਗਾ ਬਹੁਤ ਸਾਰੇ ਆਸਿਮ ਦੇ ਫੈਨ ਨੇ ਆਸਿਮ ਦੀ ਮੈਂ ਇੱਕ ਚੀਜ਼ ਖਾਸ ਦੱਸ ਦੇਵਾਂ ਕਿ ਆਸਿਮ ਨੂੰ ਜਿਹੜੇ ਸੈਲਸ ਫੈਨ ਨੇ ਉਹ ਬਹੁਤ ਜ਼ਿਆਦਾ ਮਤਲਬ ਕਿ ਉਸਨੂੰ ਪ੍ਰਮੋਟ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ ਆਸਿਮ ਆਸਿਮ ਹੋਇਆ ਪਿਆ ਹੈ ਅਤੇ ਸਿਧਾਰਥ ਦਾ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸਿਧਾਰਥ ਅਤੇ ਆਸਿਮ ਦੀ ਟੱਕਰ ਹੈ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੇ ਬਾਜ਼ੀ ਮਾਰਨੀ ਹੈ ਉਸਦੇ ਲਈ ਅਸੀਂ ਇੰਤਜ਼ਾਰ ਕਰਦੇ ਹਾਂ ਗ੍ਰੈਂਡ ਫਿਨਾਲੇ ਦੀ ਅਤੇ ਦੇਖਦੇ ਹਾਂ ਕਿ ਕੌਣ ਕਿਸਦੇ ਹੱਥ ਦੇ ਵਿੱਚ ਬਿਗ ਬੋਸ ਦੀ ਟਰਾਫੀ ਹੋਏਗੀ